ਸਤਿ ਸ਼੍ਰੀ ਅਕਾਲ ਸਾਡੇ ਵਾਲਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਜਸੀ ਕੌਰ ਨਿਊਜ਼ੀਲੈਂਡ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਬੀਤੇ 3 ਅਕਤੂਬਰ ਤੋਂ ਲੈ ਕੇ ਵਾਈਕਾਟੋ ਦੇ ਕਈ ਇਲਾਕਿਆਂ ਦੇ ਵਿੱਚ ਸਰਕਾਰ ਦੇ ਵੱਲੋਂ ਅਲਰਟ ਲੈਵਲ 3 ਲਾਗੂ ਕੀਤਾ ਗਿਆ ਇਸ ਉੱਤੇ ਬੀਤੇ ਦਿਨ ਪ੍ਰਧਾਨ ਮੰਤਰੀ ਜਸਿੰਦਾ ਆਰਡਨ ਨੇ ਤਾਜ਼ਾ ਐਲਾਨ ਕੀਤਾ ਅੱਜ ਮੰਗਲਵਾਰ ਰਾਤੀ 11:59 ਤੋਂ ਲੈ ਕੇ ਵਾਈਕਾਟੋ ਦੇ ਵਿੱਚ ਲੈਵਲ 2 ਲਾਗੂ ਕਰ ਦਿੱਤਾ ਜਾਵੇਗਾ ਪ੍ਰਧਾਨ ਮੰਤਰੀ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਵਾਈਕਾਟੋ ਦੇ ਇਨ੍ਹਾਂ ਇਲਾਕਿਆਂ ਦੇ ਵਿੱਚ ਅਲਰਟ ਲੈਵਲ 3 ਟੈਂਪਰੇਰੀ ਕੀਤਾ ਗਿਆ ਸੀ ਕਿਉਂਕਿ ਹਜੇ ਵੀ ਕੋਵਿਡ-19 ਦੇ ਕੇਸਿਸ ਆ ਰਹੇ ਨੇ ਪਰ ਘੱਟ ਗਿਣਤੀ ਦੇ ਵਿੱਚ ਉਨ੍ਹਾਂ ਕਿਹਾ ਕਿ ਇਹ ਬਦਲਾਅ ਕੀਤਾ ਜਾਣਾ ਜ਼ਰੂਰੀ ਸੀ ਉਧਰ ਆਕਲੈਂਡ ਦੇ ਵਿੱਚ ਟ੍ਰੈਫਿਕ ਲਾਈਟ ਸਿਸਟਮ ਸ਼ੁਰੂ ਕਰਨ ਦੇ ਬਾਰੇ ਉਨ੍ਹਾਂ ਕਿਹਾ ਕਿ ਪਬਲਿਕ ਹੈਲਥ ਸਰਵਿਸਿਜ਼ ਦੇ ਨਾਲ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਚਰਚਾ ਕੀਤੀ ਜਾ ਰਹੀ ਹੈ ਤਾਂ ਕਿ 90% ਵੈਕਸੀਨੇਸ਼ਨ ਦਰ ਤੋਂ ਪਹਿਲਾਂ ਹੀ ਟ੍ਰੈਫਿਕ ਲਾਈਟ ਸਿਸਟਮ ਸ਼ੁਰੂ ਕੀਤਾ ਜਾਵੇ ਦੱਸ ਦੇ ਕਿ ਸਰਕਾਰ ਦੇ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਜਦੋਂ ਆਕਲੈਂਡ ਦੇ ਵਿੱਚ ਵੈਕਸੀਨੇਟਡ ਦਰ 90% ਹੋ ਜਾਏਗੀ ਉਸ ਸਮੇਂ ਟ੍ਰੈਫਿਕ ਲਾਈਟ ਸਿਸਟਮ ਸ਼ੁਰੂ ਕੀਤਾ ਜਾਵੇਗਾ ਉਧਰ ਜੇਕਰ ਗੱਲ ਕਰੀਏ ਬੀਤੇ ਦਿਨ ਦੇ ਕੋਵਿਡ-19 ਦੇ ਕੇਸਾਂ ਦੀ ਤਾਂ ਬੀਤੇ ਦਿਨ 173 ਕਮਿਊਨਿਟੀ ਦੇ ਕੇਸ ਦਰਜ ਕੀਤੇ ਗਏ ਨੇ ਇਹਨਾਂ ਵਿੱਚੋਂ 163 ਕੇਸ ਆਕਲੈਂਡ ਦੇ ਵਿੱਚ ਨੇ 7 ਕੇਸ ਵਾਈਕਾਟੋ ਦੇ ਵਿੱਚ 2 ਕੇਸ ਨਾਰਥਲੈਂਡ ਦੇ ਵਿੱਚ ਤੇ 1 ਕੇਸ ਡਿਸਟ੍ਰਿਕਟ ਲੇਕਸ ਦੇ ਵਿੱਚ ਹੈ ਹੈਲਥ ਅਫੀਸ਼ਲਸ ਦੇ ਵੱਲੋਂ ਕੋਵਿਡ-19 ਪੋਜ਼ਿਟਿਵ ਲੋਕਾਂ ਦੇ ਕੁਆਰੰਟੀਨ ਸਮੇਂ ਨੂੰ ਲੈ ਕੇ ਤਾਜ਼ਾ ਐਲਾਨ ਕੀਤਾ ਗਿਆ ਜਾਣਕਾਰੀ ਮੁਤਾਬਕ ਹੁਣ ਫੁੱਲੀ ਵੈਕਸੀਨੇਟਡ ਜਿਹੜੇ ਲੋਕਾਂ ਨੂੰ ਕੋਵਿਡ-19 ਹੋਏਗਾ ਉਹਨਾਂ ਨੂੰ ਉਹਨਾਂ ਦਾ ਕੁਆਰੰਟੀਨ ਸਮਾਂ 14 ਦਿਨ ਤੋਂ ਘਟਾ ਕੇ 10 ਦਿਨ ਕਰ ਦਿੱਤਾ ਗਿਆ ਹਾਲਾਂਕਿ ਅਨਵੈਕਸੀਨੇਟਡ ਲੋਕਾਂ ਦੇ ਲਈ ਇਹ ਕੁਆਰੰਟੀਨ ਸਮਾਂ 14 ਦਿਨ ਹੀ ਰਹੇਗਾ ਐਸੋਸੀਏਟ ਹੈਲਥ ਮਿਨਿਸਟਰ ਆਇਸ਼ਾ ਵੇਰਾਲ ਦੇ ਮੁਤਾਬਕ ਕੋਵਿਡ-19 ਦੇ ਪੋਜ਼ਿਟਿਵ ਕੇਸ ਜਿਨ੍ਹਾਂ ਵੱਲੋਂ ਵੈਕਸੀਨ ਦੀਆਂ ਦੋਨੋਂ ਡੋਜ਼ ਲਈਆਂ ਗਈਆਂ ਨੇ ਉਹਨਾਂ ਤੋਂ ਰਿਸਕ ਕਾਫੀ ਘੱਟ ਹੈ ਤੇ ਉਹ ਆਮ ਲੋਕਾਂ ਦੇ ਮੁਕਾਬਲੇ ਰਿਕਵਰ ਹੋਣ ਦੇ ਵਿੱਚ ਘੱਟ ਸਮਾਂ ਲੈਂਦੇ ਨੇ ਇਸੇ ਕਰਕੇ ਉਹਨਾਂ ਦਾ ਕੁਆਰੰਟੀਨ ਸਮਾਂ 14 ਦਿਨ ਤੋਂ ਘਟਾ ਕੇ ਹੁਣ 10 ਦਿਨ ਕਰ ਦਿੱਤਾ ਗਿਆ ਪਰ ਜਿਨ੍ਹਾਂ ਲੋਕਾਂ ਵੱਲੋਂ ਵੈਕਸੀਨ ਨਹੀਂ ਲਗਵਾਈ ਗਈ ਹੈ ਉਹਨਾਂ ਦੇ ਲਈ ਇਹ ਕੁਆਰੰਟੀਨ ਸਮਾਂ 14 ਦਿਨ ਹੀ ਰਹੇਗਾ ਮੰਗਲਵਾਰ ਜਾਣੀ ਕਿ ਅੱਜ ਤੋਂ ਹੈਲਥ ਸੈਕਟਰ ਦੇ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੇ ਲਈ ਵੀ ਵੱਡਾ ਬਦਲਾਅ ਹੋ ਚੁੱਕਾ ਹੈ ਜੀ ਹਾਂ ਮੰਗਲਵਾਰ ਜਾਣੀ ਕਿ ਅੱਜ ਤੋਂ ਲੈ ਕੇ ਹੈਲਥ ਸੈਕਟਰ ਦੇ ਵਿੱਚ ਜਿੰਨੇ ਵੀ ਲੋਕੀ ਕੰਮ ਕਰ ਰਹੇ ਨੇ ਉਹ ਫੁੱਲੀ ਵੈਕਸੀਨੇਟਡ ਹੋਣੇ ਚਾਹੀਦੇ ਨੇ ਜਿਨ੍ਹਾਂ ਲੋਕਾਂ ਵੱਲੋਂ ਹਜੇ ਤੱਕ ਵੈਕਸੀਨ ਨਹੀਂ ਲਗਵਾਈ ਗਈ ਹੈ ਉਹਨਾਂ ਨੂੰ ਹੁਣ ਆਪਣੀ ਨੌਕਰੀ ਤੋਂ ਹੱਥ ਧੋਣਾ ਪਏਗਾ ਜਾਣਕਾਰੀ ਮੁਤਾਬਕ 2000 ਦੇ ਕਰੀਬ ਅਜਿਹੇ ਡਿਸਟ੍ਰਿਕਟ ਹੈਲਥ ਬੋਰਡ ਦੇ ਵਿੱਚ ਕੰਮ ਕਰਨ ਵਾਲੇ ਕਾਮੇ ਨੇ ਜਿਨ੍ਹਾਂ ਵੱਲੋਂ ਹਜੇ ਤੱਕ ਵੈਕਸੀਨੇਟਡ ਦੀ 1 ਵੀ ਡੋਜ਼ ਨਹੀਂ ਲਈ ਗਈ ਹੈ ਹਾਲਾਂਕਿ ਉਹਨਾਂ ਨੂੰ ਕੁਝ ਸਮੇਂ ਕੁਝ ਘੰਟੇ ਪਹਿਲਾਂ ਤੱਕ ਦਾ ਵੀ ਸਮਾਂ ਦਿੱਤਾ ਗਿਆ ਸੀ ਪਰ ਉਹਨਾਂ ਵੱਲੋਂ ਵੈਕਸੀਨ ਨਹੀਂ ਲਗਵਾਈ ਗਈ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਜਾਏਗਾ ਵਾਈਕਾਟੋ ਦੇ 6 ਹਸਪਤਾਲਾਂ ਨੂੰ ਰਿਪ੍ਰੈਜ਼ੈਂਟ ਕਰਨ ਵਾਲੇ ਯੂਨਾਈਟ ਯੂਨੀਅਨ ਦੇ ਗਿਰਾਜ ਹੈਰੀਸ ਨੇ ਕਿਹਾ ਹੈ ਕਿ DHP ਦੇ ਨਾਲ ਬੀਤੇ ਦਿਨ ਉਹਨਾਂ ਦੀ ਇੱਕ ਮੀਟਿੰਗ ਹੋਈ ਹੈ ਉਹਨਾਂ ਮੁਤਾਬਕ ਲੋਕਾਂ ਨੂੰ ਸੋਚਣ ਦੇ ਲਈ ਸਮਝਣ ਦੇ ਲਈ ਵੈਕਸੀਨ ਲਗਵਾਉਣ ਦੇ ਲਈ ਤੇ ਕਿਸੇ ਨਤੀਜੇ ਤੇ ਪਹੁੰਚਣ ਦੇ ਲਈ ਕਾਫੀ ਸਮਾਂ ਦਿੱਤਾ ਗਿਆ ਸੀ ਉਧਰ DHP ਦੇ ਇੱਕ ਬੁਲਾਰੇ ਦੇ ਮੁਤਾਬਕ ਨਿਊਜ਼ੀਲੈਂਡ ਭਰ ਦੇ ਵਿੱਚ 80,000 ਦੇ ਕਰੀਬ ਸਿਹਤ ਮਹਿਕਮੇ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਨੇ ਤੇ ਇਹਨਾਂ ਦੇ ਵਿੱਚੋਂ 2-3% ਜੋ ਕਿ 1600 ਤੋਂ 2400 ਦੇ ਕਰੀਬ ਲੋਕੀ ਬਣਦੇ ਨੇ ਇਹਨਾਂ ਦੇ ਵੱਲੋਂ ਵੈਕਸੀਨ ਨਹੀਂ ਲਗਵਾਈ ਗਈ ਹੈ ਇਹਨਾਂ ਨੂੰ ਆਖਰੀ ਮੌਕਾ ਵੀ ਦਿੱਤਾ ਗਿਆ ਸੀ ਪਰ ਉਹਨਾਂ ਦੇ ਵੱਲੋਂ ਵੈਕਸੀਨ ਨਾ ਲਗਵਾਏ ਜਾਣ ਤੇ ਹੁਣ ਉਹਨਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਏਗਾ ਨਿਊਜ਼ੀਲੈਂਡ ਵਿੱਚ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਜਸਿੰਦਾ ਆਰਡਨ ਦੀ ਲੋਕਪ੍ਰਿਯਤਾ ਹੁਣ ਘਟਦੀ ਨਜ਼ਰ ਆ ਰਹੀ ਹੈ TVNZ ਦੇ ਕੋਲਮਾ ਗ੍ਰੰਟਨ ਪੋਲ ਦੇ ਮੁਤਾਬਕ ਇਸ ਕੋਵਿਡ-19 ਪੈਂਡੈਮਿਕ ਦੇ ਵਿੱਚ ਤੇ ਬੀਤੇ 2 ਸਾਲਾਂ ਦੇ ਵਿੱਚ ਦਿਖਾਈ ਕਾਰਗੁਜ਼ਾਰੀ ਤੋਂ ਬਾਅਦ ਵੀ ਲੇਬਰ ਪਾਰਟੀ ਦੀ ਲੋਕਪ੍ਰਿਯਤਾ ਦੇ ਵਿੱਚ 2% ਘਾਟਾ ਦਰਜ ਕੀਤਾ ਗਿਆ ਲੇਬਰ ਪਾਰਟੀ ਦੀ ਲੋਕਪ੍ਰਿਯਤਾ ਹੁਣ 41% ਤੇ ਆ ਚੁੱਕੀ ਹੈ ਤੇ ਇਸੇ ਦੇ ਨਾਲ ਪ੍ਰਧਾਨ ਮੰਤਰੀ ਦੀ ਲੋਕਪ੍ਰਿਯਤਾ ਦੇ ਵਿੱਚ ਵੀ ਕਮੀ ਦੇਖਣ ਨੂੰ ਮਿਲੀ ਹੈ ਜੋ ਕਿ ਹੁਣ 39% ਰਹਿ ਚੁੱਕੀ ਹੈ ਉਧਰ ਨੈਸ਼ਨਲ ਪਾਰਟੀ ਦੀ ਲੋਕਪ੍ਰਿਯਤਾ ਦੇ ਵਿੱਚ 2% ਵਾਧਾ ਦਰਜ ਕੀਤਾ ਗਿਆ ਜੋ ਕਿ ਹੁਣ 28% ਹੈ ਹਾਲਾਂਕਿ ਇਹ ਲੇਬਰ ਪਾਰਟੀ ਤੋਂ ਕਾਫੀ ਘੱਟ ਹੈ ਪਰ ਵਾਧਾ ਜ਼ਰੂਰ ਦਰਜ ਕੀਤਾ ਗਿਆ ACT ਗੱਲ ਕਰੀਏ ਤੇ ACT ਪਾਰਟੀ ਫਿਲਹਾਲ 14% ਤੇ ਹੀ ਹੈ ਇਸ ਦਿਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਤਰੀਨ ਜਾਣਕਾਰੀ ਦੇ ਲਈ ਤੁਸੀਂ ਬਣੇ ਰਹੋ ਸਾਡੇ ਵਾਲਾ TV ਦੇ ਨਾਲ ਹੁੰਦੀ ਹੋਈ ਇਜਾਜ਼ਤ ਸਤਿ ਸ਼੍ਰੀ ਅਕਾਲ